ਕਿਸੇ ਨੇ ਟਰੱਕ ਦਾ ਲਾਇਸੈਂਸ ਬਣਵਾਉਣਾ ਅਗਰ ਅਮਰੀਕਾ ਦਾ ਵੀਜ਼ਾ ਹੈ ਤਾਂ ਕੰਮ ਜੋਬ ਛੇਤੀ ਮਿਲ ਜਾਂਦੀ ਹੈ ਕਿਉਂਕਿ ਠੀਕ ਹੈ ਕਿ ਆਪਾਂ ਬਾਰਡਰ ਕ੍ਰੋਸ ਕਰ ਸਕਦੇ ਹਾਂ ਤਾਂ ਹਰ ਇੱਕ ਬੱਚੇ ਨੂੰ ਹੁੰਦਾ ਕਿ ਆਪਾਂ ਜਲਦੀ ਦੀ ਅਪੁਆਇੰਟਮੈਂਟ ਲੈ ਕੇ ਜਲਦੀ ਆਪਾਂ ਵੀਜ਼ਾ ਲੈ ਲਈਏ ਯੂਐਸਏ ਦਾ ਤਾਂ ਕਿ ਆਪਾਂ ਟਰੱਕਿੰਗ ਦੇ ਵਿੱਚ ਟਰਾਈ ਕਰ ਸਕੀਏ ਤੁਸੀਂ ਪੁਲਿਸ ਕੋਲ ਨਹੀਂ ਜਾਣ ਦੇ ਸੋਚਿਆ ਵੀ ਮੈਂ ਪੁਲਿਸ ਕੋਲ ਕੰਪਲੇਂਟ ਕਰਦਾ ਮੈਂ ਸੋਚਿਆ ਸੀ ਬਟ ਆਪਾਂ ਇੱਕ ਸਟੂਡੈਂਟ ਹਾਂ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਵੀ ਪਤਾ ਨਹੀਂ ਕਿੱਡੀ ਕੁ ਵੱਡੀ ਗੱਲ ਬਣ ਜੂਗੀ ਤੇ ਮੇਰੇ ਲਈ ਰਿਸਕ ਹੀ ਨਾ ਹੋਵੇ ਕੁਛ ਰੂਪ ਸਿੰਘ ਦਾ ਮੈਸੇਜ ਹੈ ਕਹਿੰਦੇ ਜੀ ਪੁਲਿਸ ਕੋਲ ਮੈਂ ਗਿਆ ਸੀਗਾ ਤੇ ਪੁਲਿਸ ਕਹਿੰਦੀ ਜੀ ਕੁਛ ਨਹੀਂ ਹੋ ਸਕਦਾ 10 ਬੰਦੇ ਕਹਿੰਦੇ ਸੇਮ ਪ੍ਰੋਬਲਮ ਲੈ ਕੇ ਹੋਰ ਵੀ ਆਏ ਸੀਗੇ ਇੱਕ ਬੰਦਾ ਨਹੀਂ ਹੈਗਾ ਇਹੋ ਜਿਹੇ ਬੜੇ ਬੰਦੇ ਹੈਗੇ ਆ ਜਿਹੜੇ ਕਿ ਆਈਓ ਫਰਾਡ ਕਰਦੇ ਪਏ ਆ ਤੇ ਸਾਡੇ ਕੋਲ ਇਹ ਹਾਲ ਹੈ ਇਸ ਲਈ ਕਿ ਸਾਡੀ ਜਿਹੜੀ ਐਕਚੁਅਲ ਬਿਜ਼ਨਸ ਤੋਂ ਅਸੀਂ 25% ਬਿਜ਼ਨਸ ਨਹੀਂ ਕਰ ਰਹੇ ਡਿਫਿਕਲਟ ਟੂ ਸਰਵਾਈਵ ਹੋ ਗਿਆ ਕਿ ਸ਼ਾਇਦ ਬਿਜ਼ਨਸ ਬੰਦ ਕਰਨਾ ਪਏ ਸਾਨੂੰ ਤੁਸੀਂ ਵਟਸਐਪ ਤੇ ਮੈਂ 200 ਪੈਸੇ ਡਾਲਰ ਭੇਜੇ ਮੈਂ ਕਹਾਂਗਾ ਜੀ ਸ਼ਮੀਲ ਜੀ ਨੇ ਮੈਂ ਦੇਣੇ ਸੀ ਉਹਨਾਂ ਨੇ ਦੇਤੇ ਦੇਰ ਇਜ਼ ਨੋ ਰੈਕਰਡ ਇਹ ਸਟੂਡੈਂਟ ਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਤੁਸੀਂ ਲਵਪ੍ਰੀਤ ਆਕਾਸ਼ਪ੍ਰੀਤ ਗੁਰਪ੍ਰੀਤ ਕੋਲ ਕਿਉਂ ਜਾ ਰਹੇ ਹੋ ਤੁਸੀਂ ਕੰਪਨੀ ਕੋਲ ਕਿਉਂ ਨਹੀਂ ਜਾਂਦੇ ਇਹ ਸਟੂਡੈਂਟਾਂ ਨੇ ਆਪਣੀਆਂ ਕੰਪਨੀਆਂ ਖੋਲੀਆਂ ਫੇਕ ਕੰਪਨੀਆਂ ਨੰਬਰ 2 ਇਹਨਾਂ ਨੇ ਬੰਦੇ ਕਿਉਂਕਿ ਇਹਨਾਂ ਨੇ ਆ ਕੇ ਮੈਨੂੰ ਰੋਜ਼ ਕਾਲ ਆਉਂਦੀ ਹੈ ਭਾਜੀ ਮੇਰੇ ਕੋਲ 100 ਸਟੂਡੈਂਟ ਹੈਗਾ 300 ਹੈਗਾ ਨੰਬਰ ਦੇ ਰਹੇ ਹੋ ਕਿ TCN ਦੇ ਰਹੇ ਹੋ $20 ਦੇ ਦਾਂਗੇ ਮੈਂ ਕਿਹਾ ਸੌਰੀ ਵੀ ਕੈਨ ਡੂ ਇਟ ਇਹਨਾਂ ਨੂੰ ਪੁੱਛੋ ਕਿ ਤੁਹਾਨੂੰ ਇੰਨੀ ਸਮਝ ਨਹੀਂ ਹੈਗੀ ਕਿ ਫਸਟ ਏਡ CPR ਜਿਹੜੀ ਪ੍ਰੈਕਟੀਕਲ ਟ੍ਰੇਨਿੰਗ ਹੈ ਉਹ ਵੀ ਕਾਰਡ ਤੁਹਾਨੂੰ ਘਰ ਹੀ ਦੇ ਦਿੱਤਾ ਉਹਨਾਂ ਨੇ ਕੱਲ੍ਹ ਨੂੰ ਕੋਈ ਸਾਈਟ 'ਤੇ ਤੁਸੀਂ ਕੰਮ ਕਰ ਰਹੇ ਹੋ ਬੰਦੇ ਨੂੰ ਕਾਰਡੀਅਕ ਅਰੈਸਟ ਹੋ ਜਾਂਦਾ ਹੈ ਤੁਹਾਨੂੰ ਤਾਂ ਪਤਾ ਹੀ ਨਹੀਂ ਤੁਸੀਂ ਤਾਂ ਜੇਲ੍ਹ 'ਚ ਹੋ ਜਾਓਗੇ ਸਟੂਡੈਂਟ ਆ ਕੇ ਮੈਨੂੰ ਦਿਨ 'ਚ 50 ਕਾਲਾਂ ਇੱਕੋ ਹੀ ਆਉਂਦੀਆਂ ਜਿਹੜੀਆਂ ਨੰਬਰ 1 ਹੈ ਜੋਬ ਦੀ ਔਰ ਨੰਬਰ 2 ਕਾਲ ਪਤਾ ਕੀ ਪੁੱਛਦੇ ਆ ਭਾਜੀ ਕਲਾਸ ਲਾਣੀ ਪਏਗੀ ਮੈਂ ਕਹਿੰਦਾ ਹਾਂਜੀ ਕਹਿੰਦਾ ਓਕੇ ਬਾਏ ਸੋ ਹੁਣ ਜਿਹੜੀ ਅਸੀਂ ਗੱਲ ਕਰਨੀ ਹੈ ਉਹ ਇਸ ਪੱਖੋਂ ਬੜੀ ਇੰਪੋਰਟੈਂਟ ਹੈ ਕਿ ਤਰ੍ਹਾਂ ਤਰ੍ਹਾਂ ਦੇ ਜਿਹੜੇ ਫਰੌਡ ਚੱਲਦੇ ਨੇ ਇਸ ਸੈਗਮੈਂਟ 'ਚ ਉਹਨਾਂ ਦੀ ਹੋ ਸਕਦਾ ਬਾਹਰ ਬੈਠੇ ਨੂੰ ਕੋਈ ਖਬਰ ਨਾ ਹੋਏ ਅਤੇ ਅੱਜ ਅਸੀਂ ਇੱਕ ਇਹੋ ਜਿਹੇ ਫਰੌਡ ਦੀ ਗੱਲ ਕਰਨੀ ਹੈ ਜਿਹਦੇ 'ਚ ਇੱਕ ਸਟੂਡੈਂਟ ਜਿਹੜਾ ਸਟੂਡੈਂਟ ਦੇ ਤੌਰ 'ਤੇ ਇੱਥੇ ਆਇਆ ਉਹ ਦੂਸਰਿਆਂ ਨੂੰ ਜੋਬਸ ਦਵਾਉਣ ਦੀ ਜਾਂ ਉਹਨਾਂ ਨੂੰ ਸਿਕਿਉਰਿਟੀ ਦਾ ਲਾਇਸੈਂਸ ਦਵਾਉਣ ਦੀ ਐਡ ਰਨ ਕਰਦਾ ਅਤੇ ਉਸ ਤੋਂ ਬਾਅਦ ਉਹਨਾਂ ਤੋਂ ਕੁਛ ਪੈਸੇ ਲੈ ਲੈਂਦਾ 2 ਮਹੀਨੇ ਉਹਨਾਂ ਨੂੰ ਇਸ ਗੱਲਬਾਤ 'ਚ ਉਲਝਾ ਕੇ ਰੱਖਦਾ ਅਤੇ ਉਸ ਤੋਂ ਬਾਅਦ ਫਿਰ ਉਹ ਆਪਣਾ ਨੰਬਰ ਜਿਵੇਂ ਕਿ ਅੱਜ ਕੱਲ੍ਹ ਜਨਰੇਟ ਕੀਤੇ ਜਾਂਦੇ ਨੇ ਨੰਬਰ ਉਸ ਤਰ੍ਹਾਂ ਦਾ ਉਹ ਨੰਬਰ ਬੰਦ ਕਰ ਦਿੰਦਾ ਅਤੇ ਇਹਦੇ 'ਚ ਵੱਡੀ ਗਿਣਤੀ 'ਚ ਸਟੂਡੈਂਟ ਉਹਦੀ ਲਪੇਟ 'ਚ ਆਏ ਜਿਨ੍ਹਾਂ ਨਾਲ ਉਸਨੇ ਠੱਗੀ ਮਾਰੀ ਸੋ ਇਸ ਤਰ੍ਹਾਂ ਦੀਆਂ ਹੋਰ ਬਹੁਤ ਕੁਛ ਚੱਲਦਾ ਹੈ ਜਸਟ ਇੱਕ ਝਲਕ ਦਿਖਾਉਣ ਵਾਸਤੇ ਅਸੀਂ ਇਹ ਅੱਜ ਦੀ ਗੱਲਬਾਤ ਕਰਨੀ ਹੈ ਅਤੇ ਔਰ ਇਸ ਗੱਲਬਾਤ ਦੇ 'ਚ ਸਾਡੀ ਹੈਲਪ ਕਰਨਗੇ ਸੰਦੀਪ ਇਹ ਐਕਟੀਵਿਸਟ ਨੇ ਇਹ ਵੀ ਕੰਮ ਕਰਦੇ ਨੇ ਸਟੂਡੈਂਟ ਕਮਿਊਨਿਟੀ 'ਚ ਅਤੇ ਇਹਨਾਂ ਦਾ ਵੀ ਵਾਹ ਇਸ ਤਰ੍ਹਾਂ ਦੇ ਇਸ਼ੂਜ਼ ਨਾਲ ਪੈਂਦਾ ਸੋ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਇਹ ਜਿਹੜੀ ਜਿਹੜਾ ਮਸਲਾ ਇਹ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਇਸ਼ੂਜ਼ ਨੇ ਕਾਫੀ ਵੱਡੀ ਗਿਣਤੀ 'ਚ ਸਟੂਡੈਂਟ ਇਹਦੀ ਲਪੇਟ 'ਚ ਆਏ ਨੇ ਸੰਦੀਪ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਵਧੀਆ ਸਰ ਤੁਸੀਂ ਦੱਸੋ ਬਿਲਕੁਲ ਠੀਕ ਹੈ ਅਤੇ ਇਹ ਜਿਹੜਾ ਇਹ ਇੰਸੀਡੈਂਟ ਜਿਹੜਾ ਇਹ ਸਾਰਾ ਕਾਫੀ ਇਨਫੋਰਮੇਸ਼ਨ ਤੁਸੀਂ ਵੀ ਮੇਰੇ ਨਾਲ ਸ਼ੇਅਰ ਕੀਤੀ ਹੈ ਮੇਰੇ ਕੋਲ ਹੋਰ ਵੀ ਆਈ ਹੈ ਉਹਨਾਂ ਸਟੂਡੈਂਟਸ ਦੀ ਵੀ ਜਿਨ੍ਹਾਂ ਨਾਲ ਇਹ ਹੋਇਆ ਉਹਨਾਂ ਦੀ ਵੀ ਅਤੇ ਪਹਿਲਾਂ ਤਾਂ ਇਹ ਦੱਸੋ ਕਿਵੇਂ ਹੋਇਆ ਸਰ ਇਹ ਇੱਕ ਮਤਲਬ ਤਰੀਕਾ ਹੈ ਕਿ ਜਦੋਂ ਆਪਾਂ ਸਿਕਿਉਰਿਟੀ ਲਾਇਸੈਂਸ ਬਣਾਉਂਦੇ ਹਾਂ ਉਹਦੇ ਲਈ ਪਹਿਲਾਂ ਆਪਾਂ ਨੂੰ ਇੱਕ ਟ੍ਰੇਨਿੰਗ ਲੈਣੀ ਪੈਂਦੀ ਹੈ ਫਸਟ ਏਡ CPR ਦੀ 40 ਘੰਟੇ ਦੀ ਹੁੰਦੀ ਹੈ 40 ਆਵਰਸ ਦੀ ਸਿਕਿਉਰਿਟੀ ਦੀ ਟ੍ਰੇਨਿੰਗ ਜਿਸ ਤੋਂ ਬਾਅਦ ਆਪਾਂ ਨੂੰ ਇੱਕ TCN ਟ੍ਰੇਨਿੰਗ ਕੰਪਲੀਸ਼ਨ ਨੰਬਰ ਇਸ਼ੂ ਕੀਤਾ ਜਾਂਦਾ ਇਹ ਸਿਰਫ ਸਿਕਿਉਰਿਟੀ ਏਜੰਸੀਜ਼ ਕਰ ਸਕਦੀਆਂ ਨੇ ਤਾਂ ਇਹਦੇ 'ਚ ਹੋਇਆ ਕੀ ਹੈ ਕਿ ਇੱਕ ਸਟੂਡੈਂਟ ਆਇਆ ਮਈ ਦੇ ਵਿੱਚ 2022 'ਚ ਉਹਨੇ ਇੱਕ ਸਿਕਿਉਰਿਟੀ ਕੰਪਨੀ ਦੇ ਨਾਲ ਉਹਦਾ ਟਾਈ ਅਪ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗਰੁੱਪਸ ਵਟਸਐਪ ਗਰੁੱਪਸ ਬਣਾਉਣੇ ਸਟਾਰਟ ਕੀਤੇ ਜਿਹਦੇ ਵਿੱਚ ਉਹ ਐਡ ਰਨ ਕਰਦੇ ਸੀ ਕਿ ਆਪਾਂ ਤੁਹਾਨੂੰ ਸਿਕਿਉਰਿਟੀ ਲਾਇਸੈਂਸ ਪ੍ਰੋਵਾਈਡ ਕਰਾਂਗੇ ਅਗਰ ਤੁਸੀਂ ਸਾਡੇ ਤੋਂ ਸਿਕਿਉਰਿਟੀ ਲਾਇਸੈਂਸ ਲੈਂਦੇ ਹੋ ਤਾਂ ਆਪਾਂ ਤੁਹਾਨੂੰ ਜੋਬ ਵੀ ਪ੍ਰੋਵਾਈਡ ਕਰਾਂਗੇ ਅੱਛਾ ਅਤੇ ਤੁਹਾਨੂੰ ਪਤਾ ਕਿ ਜੋਬਸ ਦਾ ਕੀ ਸੀਨ ਚੱਲ ਰਿਹਾ ਕੀ ਕ੍ਰਾਈਸਿਸ ਚੱਲ ਰਹੇ ਨੇ ਜੋਬਸ ਦੇ ਤਾਂ ਹਰੇਕ ਬੱਚੇ ਨੂੰ ਹੁੰਦਾ ਕਿ ਚਲੋ ਠੀਕ ਹੈ ਆਪਾਂ ਅਗਰ ਇਹਨਾਂ ਤੋਂ ਲਾਇਸੈਂਸ ਬਣਵਾ ਲੈਂਦੇ ਆਪਾਂ ਨੂੰ ਜੋਬ ਵੀ ਮਿਲ ਜਾਏਗੀ ਤਾਂ ਉਹ ਕੀ ਕਰਦੇ ਸੀ $300 ਦੇ ਅਰਾਊਂਡ ਚਾਰਜ ਕਰਦੇ ਸੀ ਕਿ ਅਸੀਂ ਤੁਹਾਨੂੰ TCN ਘਰ ਬੈਠੇ ਦੇ ਦਾਂਗੇ ਕੋਈ ਟ੍ਰੇਨਿੰਗ ਕਰਨ ਦੀ ਜ਼ਰੂਰਤ ਨਹੀਂ ਹੈ ਕੁਛ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ TCN ਮਿਲ ਜਾਏਗਾ ਤੁਸੀਂ ਐਗਜ਼ਾਮ ਬੁੱਕ ਕਰੋ ਤੁਹਾਨੂੰ ਐਗਜ਼ਾਮ 'ਚ ਹੈਲਪ ਕਰਾਂਗੇ ਅਤੇ ਤੁਹਾਨੂੰ ਲਾਇਸੈਂਸ ਮਿਲ ਜਾਏਗਾ ਅੱਛਾ ਜਿੱਦਾਂ ਹੀ ਬੱਚੇ ਚਲੋ ਉਹਨਾਂ ਨੂੰ ਡੈਸਪਰੇਟ ਸਿਚੁਏਸ਼ਨ 'ਚ ਹੁੰਦੇ ਸਾਰੇ ਸਟੂਡੈਂਟ ਜਿਹੜੇ ਖਾਸ ਕਰਕੇ ਪਿਛਲੇ ਟਾਈਮ ਰੀਚ ਆਊਟ ਕਰਦੇ ਸੀ ਉਹਨਾਂ ਨੇ ਪੈਸੇ ਟ੍ਰਾਂਸਫਰ ਕੀਤੇ ਆਫਟਰ ਕਿਸੇ ਨੂੰ 2 weeks 3 weeks 2 months 3 months ਬਾਅਦ ਉਹਨਾਂ ਨੂੰ ਰਿਪਲਾਈ ਆਨੇ ਬੰਦ ਹੋ ਗਏ ਅਤੇ ਉਹਨਾਂ ਨੂੰ ਬਲੌਕ ਕਰਤਾ ਉਨੀ ਦੇਰ ਉਹਨੇ ਜਿਸ ਬੰਦਾ ਉਹ ਕਰ ਰਿਹਾ ਸੀ ਉਹ ਕਨਵਰਸੇਸ਼ਨ ਉਹਨਾਂ ਜਾਰੀ ਰੱਖੀ ਕਨਵਰਸੇਸ਼ਨ ਕਈਆਂ ਨਾਲ ਹੋਈ ਕਈਆਂ ਦੇ ਮੈਸੇਜ ਸੀਨ ਕਰਕੇ ਛੱਡਨੇ ਸਟਾਰਟ ਹੋ ਗਏ ਜਾਂ ਜਿੱਦਾਂ ਕਹਿ ਲਓ ਕਿ ਕਿਸੇ ਨੂੰ ਕਹਿਤਾ ਕਿ ਆਈ ਐਮ ਬਿਜ਼ੀ ਆਈ ਐਮ
ਸਮਵਨ ਐਲਸ ਟਾਲਣਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਲੌਕ ਕਰਤਾ ਐਟ ਦੈਨ ਮੇਰੇ ਕੋਲ ਕਈ ਬੱਚਿਆਂ ਦੇ ਮੈਸੇਜ ਵੀ ਆਏ ਕਿ ਸਾਨੂੰ 7 ਮਹੀਨੇ ਹੋ ਗਏ ਪੈਸੇ ਭੇਜਿਆ, ਕਿਸੇ ਦੇ 5 ਮਹੀਨੇ ਹੋ ਗਏ, ਕਿਸੇ ਦੇ 3.5 ਮਹੀਨੇ ਹੋ ਗਏ ਤੇ ਸਾਡੇ ਕੋਲ ਜਿੱਦਾਂ ਜਿੱਦਾਂ ਇਨਫੋਰਮੇਸ਼ਨ ਆਈ ਆਪਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਕਿ ਤੁਸੀਂ ਜਿੰਨਾ ਤੁਸੀਂ ਕਰ ਸਕਦੇ ਹੋ ਕਲੀਅਰ ਆਊਟ ਕਰੋ ਇਹਨੂੰ ਤੇ ਬੱਚਿਆਂ ਦੇ ਪੈਸੇ ਵਾਪਸ ਕਰੋ ਜਾਂ ਉਹਨਾਂ ਨੂੰ ਜੋ ਬਣਦੀ ਸਰਵਿਸ ਹੈ ਉਹ ਪ੍ਰੋਵਾਈਡ ਕਰੋ ਤੇ ਜਦੋਂ ਗੱਲ ਕਿਸੇ ਸਿਰੇ ਨਹੀਂ ਪਹੁੰਚੀ ਤੇ ਸਾਨੂੰ ਅਮਰੀਕਾ ਦੀ ਅਰਲੀ ਅਪੁਆਇੰਟਮੈਂਟ ਦਵਾ ਦਾਂਗੇ ਤੁਹਾਨੂੰ ਅਮਰੀਕਾ ਵੀਜ਼ਾ B1 B2 ਦੀ ਅਰਲੀ ਅਪੁਆਇੰਟਮੈਂਟ, ਕਿਉਂਕਿ ਅਗਰ ਆਪਾਂ ਹੁਣ ਅਪੁਆਇੰਟਮੈਂਟ ਬੁੱਕ ਕਰਦੇ ਹਾਂ ਤਾਂ ਆਪਾਂ ਨੂੰ 2025 ਦੀ ਅਪੁਆਇੰਟਮੈਂਟ ਮਿਲਦੀ, ਅਪੁਆਇੰਟਮੈਂਟ ਮਿਲਦੀ ਹੈ 2023 ਦੇ ਵਿੱਚ ਅਗਰ ਆਪਾਂ ਬੁੱਕ ਕਰਦੇ ਸੀ ਤਾਂ ਆਪਾਂ ਨੂੰ 25 ਦੀ ਮਿਲਦੀ। ਤੇ ਸਟੂਡੈਂਟ ਨੇ ਅਮਰੀਕਾ ਜਾ ਕੇ ਕੀ ਕਰਨਾ ਹੁੰਦਾ? ਮਤਲਬ ਹਰੇਕ ਨੂੰ ਹੁੰਦਾ ਕਿ ਆਪਾਂ ਵਿਜ਼ਟ ਵੀਜ਼ਾ ਲਗਵਾ ਲਈ, ਆਪਾਂ ਅੱਗੇ ਟਰੱਕ ਦਾ ਲਾਇਸੈਂਸ ਬਣਵਾਵਾਂਗੇ ਤਾਂ ਆਪਾਂ ਨੂੰ ਅੱਛਾ, ਮਤਲਬ ਇਹਦੀ ਵੀ ਬੜੀ ਡਿਮਾਂਡ ਹੈਗੀ ਸਟੂਡੈਂਟ ਕਮਿਊਨਿਟੀ ਦੀ, ਡਿਮਾਂਡ ਹੈ ਜੀ ਇਹਦੀ ਵੀ। ਅੱਛਾ, ਵਿਜ਼ਟਰ ਵੀ ਕਿਸੇ ਨੇ, ਮੰਨ ਲਓ ਕਿਸੇ ਨੇ ਟਰੱਕ ਦਾ ਲਾਇਸੈਂਸ ਬਣਵਾਉਣਾ, ਅਗਰ ਅਮਰੀਕਾ ਦਾ ਵੀਜ਼ਾ ਹੈ ਤਾਂ ਕੰਮ ਜੋਬ ਛੇਤੀ ਮਿਲ ਜਾਂਦੀ ਹੈ, ਕਿਉਂਕਿ ਠੀਕ ਹੈ ਕਿ ਆਪਾਂ ਬਾਰਡਰ ਕ੍ਰੋਸ ਕਰ ਸਕਦੇ ਹਾਂ। ਅੱਛਾ, ਤਾਂ ਹਰ ਇੱਕ ਬੱਚੇ ਨੂੰ ਹੁੰਦਾ ਕਿ ਆਪਾਂ ਜਲਦੀ ਦੀ ਅਪੁਆਇੰਟਮੈਂਟ ਲੈ ਕੇ ਜਲਦੀ ਆਪਾਂ ਵੀਜ਼ਾ ਲੈ ਲਈਏ USA ਦਾ ਤਾਂ ਕਿ ਆਪਾਂ ਟਰੈਕਿੰਗ ਦੇ ਵਿੱਚ ਟਰਾਈ ਕਰ ਸਕੀਏ। ਤਾਂ ਉਹਦੇ ਵੀ ਇਹ ਚਾਰਜ ਕਰਦਾ $300 to $500 ਕਿ ਆਪਾਂ ਵਿਦ ਇਨ ਤੁਹਾਨੂੰ ਮੰਥ ਅਪੁਆਇੰਟਮੈਂਟ ਲੈ ਕੇ ਦੇ ਦਾਂਗੇ। ਤੇ ਸਾਰਾ ਕੁਝ ਜਿਹੜੀ ਐਡਵਰਟਾਈਜ਼ ਹੁੰਦਾ ਸੀ ਫੇਸਬੁੱਕ ਪੇਜ ਤੇ? ਨਹੀਂ ਜੀ, ਇਹ ਉਹਨਾਂ ਦੇ ਆਪਦੇ WhatsApp ਗਰੁੱਪਸ ਬਣਾਏ ਹੋਏ ਨੇ। ਅੱਛਾ, ਮਤਲਬ ਅਰਾਊਂਡ 30 ਗਰੁੱਪਸ ਉਹਨਾਂ ਦੇ ਆਪਦੇ ਚੱਲ ਰਹੇ ਨੇ। ਅੱਛਾ, ਠੀਕ ਹੈ, ਜਿਨ੍ਹਾਂ ਦੇ ਵਿੱਚ ਅਚੀਵ ਕਰਦੇ ਨੇ। ਤਾਂ ਇਹ ਸਾਰਾ ਸਕੈਮ, ਇਹ ਸਾਰੀ ਇਨਫੋਰਮੇਸ਼ਨ ਵੀ ਇਹਨਾਂ WhatsApp ਗਰੁੱਪਾਂ 'ਚ ਜੀ ਚੱਲਦੀ ਸੀ ਜੀ, ਤੇ ਉੱਥੋਂ ਹੀ ਇਹਦੇ ਉੱਥੋਂ ਹੀ ਉਹਨੇ ਕੰਟੈਕਟਸ ਬਣਾ ਕੇ ਉੱਥੋਂ ਹੀ ਇਹ ਸਾਰਾ ਬਿਲਡਅਪ ਕਰਨਾ ਸਟਾਰਟ ਕੀਤਾ। ਪਹਿਲੇ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਜੋਬਸ ਪ੍ਰੋਵਾਈਡ ਕੀਤੀਆਂ ਤੇ ਲਾਇਸੈਂਸ ਵੀ ਪ੍ਰੋਵਾਈਡ ਕੀਤੇ, ਬਟ ਹੌਲੀ ਹੌਲੀ ਇਹ ਜੋਬਸ ਦੀਆਂ ਪੇਮੈਂਟਸ ਵੀ ਉਹਨਾਂ ਦੀਆਂ ਬੱਚਿਆਂ ਦੀਆਂ ਰੱਖਣ ਲੱਗ ਗਏ। ਅੱਛਾ, ਸ਼ੁਰੂ 'ਚ ਥੋੜ੍ਹੀ ਥੋੜ੍ਹੀਆਂ ਜੋਬਸ ਦਵਾਈਆਂ ਵੀ ਹੋਣੀਆਂ, ਜੋਬਸ ਦਵਾਈਆਂ ਬਿਲਕੁਲ ਦਵਾਈਆਂ ਤੇ ਜਾਂ ਮਤਲਬ ਥੋੜ੍ਹੇ ਬਹੁਤ ਕਿਸੇ ਨੂੰ ਇਹ ਜਿਹੜੇ ਸਿਕਿਉਰਿਟੀ ਵਾਲੇ ਲਾਇਸੈਂਸ ਸਟਾਰਟਿੰਗ 'ਚ, ਕਿਉਂਕਿ ਇੱਕ ਵਾਰੀ ਆਪਾਂ ਨੂੰ ਆਪਣੀ ਕੌਨਫੀਡੈਂਸ ਬਣਾਉਣਾ ਪੈਂਦਾ, ਕੌਨਫੀਡੈਂਸ 'ਚ ਤਾਂ ਲੈਣਾ ਪੈਣਾ। ਹਾਂ, ਤਾਂ ਇਹ ਸਾਰਾ ਉਹਦੇ ਪਿੱਛੇ ਹੋਇਆ। ਉਸ ਤੋਂ ਬਾਅਦ ਐਟ ਦ ਐਂਡ ਆ ਕਿ ਉਹ ਬਿਲਕੁਲ ਹੀ ਸਰਵਿਸਿਜ਼ ਬੰਦ। ਸੰਦੀਪ, ਜਿਵੇਂ ਤੁਸੀਂ ਦੱਸਿਆ ਕਿ ਇਹ WhatsApp ਗਰੁੱਪ ਮੇਨ ਕਮਿਊਨੀਕੇਸ਼ਨ ਦਾ ਚੈਨਲ ਹੈ ਜੀ, ਉਹਨਾਂ ਦੇ ਥਰੂ ਹੀ ਇੱਦਾਂ ਦੀਆਂ ਸਰਵਿਸਿਜ਼ ਐਡਵਰਟਾਈਜ਼ ਹੁੰਦੀਆਂ ਜੀ, ਤੇ ਜਿਸ ਦੀ ਅਸੀਂ ਗੱਲ ਕੀਤੀ ਹੈ ਕਿ ਸਿਕਿਉਰਿਟੀ ਦਾ ਲਾਇਸੈਂਸ ਲੈਣਾ ਜਾਂ US ਦੇ ਵੀਜ਼ੇ ਵਾਸਤੇ ਅਰਲੀ ਅਪੁਆਇੰਟਮੈਂਟ ਲੈਣੀ ਹੈ, ਜਿਹੜੇ ਸਾਰਾ ਕੁਛ ਹੈ ਜੀ, ਉਹਦੇ 'ਚ ਹੁਣ ਕਈਆਂ ਨਾਲ ਠੱਗੀ ਵੱਜ ਗਈ। ਬਿਲਕੁਲ ਜੀ। ਅੱਛਾ, ਹੁਣ ਪ੍ਰੋਬਲਮ ਇਹ ਹੁੰਦੀ ਹੈ ਕਿ ਵੀ ਕਿਉਂਕਿ ਬੜੀ ਇਹ ਆਪਸ 'ਚ ਕਨੈਕਟ ਕਰਦੇ ਨੇ, ਮਿਲਦੇ ਨੇ, ਗਰੁੱਪ ਬਣੇ ਹੋਏ ਨੇ, ਜਦੋਂ ਹੁਣ ਇਹ ਠੱਗੀ ਹੋ ਗਈ ਜੀ, ਉਸ ਤੋਂ ਬਾਅਦ ਫਿਰ ਉਹ ਮਤਲਬ ਬੰਦਾ ਕਿੱਥੇ, ਕੋਈ ਇਹ ਤਾਂ ਹੈ ਨਹੀਂ ਕਿ ਲੁਕ ਜਾਂਦੇ ਨੇ, ਕੀ ਹੁੰਦਾ ਫਿਰ? ਕਿਉਂਕਿ ਫਿਰ ਉਹ ਦੇਖੋ ਜੀ, ਆਪਸ 'ਚ ਤੁਸੀਂ ਗੱਲ ਵੀ ਤਾਂ ਕਰਦੇ ਹੋ, ਜਦੋਂ ਜਿਹੜੀ ਕਮਿਊਨੀਕੇਸ਼ਨ ਹੈ ਉਹ ਸਾਰੀ ਔਨ ਕਾਲ ਹੁੰਦੀ ਹੈ। ਅੱਛਾ, ਜਿਹੜੇ ਇਹ ਜੋ ਵੀ ਫਰੋਡ ਕਰ ਰਹੇ ਨੇ, ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਕੋਈ ਕੰਪਨੀ ਹੈ ਫਰੋਡ ਕਰ ਰਹੇ ਹੈ, ਉਹ ਆਪਣਾ ਜਿੱਦਾਂ ਆਪਣੀ ਆਈਡੈਂਟੀ ਤੇ ਜਿਹੜਾ ਨੰਬਰ ਲਿਆ ਉਹ ਨਹੀਂ ਯੂਜ਼ ਕਰਦੇ। ਅੱਛਾ, ਬਹੁਤ ਸਾਰੀਆਂ ਥਰਡ ਪਾਰਟੀ ਐਪਸ ਨੇ ਜਿਹੜੀਆਂ ਆਪਾਂ ਨੂੰ ਕੈਨੇਡਾ ਦਾ ਨੰਬਰ ਪ੍ਰੋਵਾਈਡ ਕਰਦੀਆਂ ਵਿਦ ਇਨ ਸੈਕਿੰਡਸ। ਉਹ WhatsApp ਨੰਬਰ ਲੈ ਕੇ ਉਸ ਐਪਲੀਕੇਸ਼ਨ ਤੋਂ ਉਹਦੇ ਥਰੂ WhatsApp ਬਿਲਡ ਕਰਕੇ ਉਹਦੇ ਥਰੂ ਕਮਿਊਨੀਕੇਸ਼ਨ ਕਰਦੇ ਨੇ, ਜਿਹੜੇ ਫੇਕ ਨੰਬਰ ਅੱਜ ਕੱਲ੍ਹ ਜਨਰੇਟ ਕਰਦੇ ਨੇ। ਬਿਲਕੁਲ ਜੀ, ਤੇ ਉਹਨਾਂ ਨੰਬਰ ਦੇ ਬੇਸਿਸ ਤੇ ਦੇ ਥਰੂ ਹੀ ਕਨਵਰਸੇਸ਼ਨ ਹੁੰਦੀ ਆ। ਜਦੋਂ ਉਹਨਾਂ ਨੂੰ ਲੱਗਦਾ ਕਿ ਇਹ ਨੰਬਰ ਹੁਣ ਸਾਡੇ ਕਾਫੀ ਹੋ ਚੁੱਕਿਆ ਜਾ ਚੁੱਕਿਆ, ਤਾਂ ਉਹ ਨੰਬਰ ਸਵਿੱਚ ਮਾਰਦੇ ਨੇ। ਇੱਦਾਂ ਹੁੰਦਾ, ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਨੇ ਮੈਨੂੰ ਅਪਰੋਚ ਕੀਤਾ ਕਿ ਕਿੱਦਾਂ ਸਾਡੇ ਨਾਲ ਹੋਇਆ। ਠੀਕ ਹੈ, ਫੋਰ ਐਗਜ਼ਾਮਪਲ ਮੇਰੇ ਕੋਲ ਇੱਕ ਕਾਲ ਆਈ, ਠੀਕ ਹੈ, ਉਹ ਸੀਗੇ ਉਹਨਾਂ ਨੇ ਪੈਸੇ ਇਹਨਾਂ ਨੂੰ ਟ੍ਰਾਂਸਫਰ ਕੀਤੇ, ਉਹਨਾਂ ਦੀ ਕਮਿਊਨੀਕੇਸ਼ਨ ਹੋਈ ਕਿਸੇ ਫਰੈਂਡ ਨੇ। ਟ੍ਰਾਂਸਫਰ ਕਿਵੇਂ ਕਰਦੇ ਨੇ ਜਿਹੜਾ? ਹਾਂਜੀ, ਪਹਿਲਾਂ ਜਿੱਦਾਂ ਉਹਨਾਂ ਨੂੰ ਰੈਫਰੈਂਸ ਮਿਲੀ ਕਿ ਇਹ ਗਰੁੱਪ ਹੈ, ਇਹਦੇ ਵਿੱਚ ਜੋਬ ਪੋਸਟਿੰਗ ਆਈ ਹੋਈ ਆ, ਉਹਨਾਂ ਦੇ ਬ੍ਰਦਰ ਨੇ ਇੱਥੇ ਰਹਿੰਦੇ ਸੀਗੇ ਉਹ ਸਰੀ, ਉਹਨਾਂ ਨੇ
पोस्ट भेजी कि आ ग्रुप च मैं ऐड हाँ, इतने जॉब पोस्टिंग आई है, अपनी सिस्टर नूं कहा कि तुसीं इतने जॉब ट्राई करो, तो इन्हें ये तुहानू सिक्योरिटी लाइसेंस भी बना के देंगे, तो ये तुहानू नाल काम भी दवा देंगे। उन्होंने उस अपने ब्रदर दे भेजे नंबर पर मैसेज करके उन्होंने गलबात की सारी, तो उन्होंने पैसे ट्रांसफर करते, जिहड़ा उन्होंने इनफोरमेशन उन्हां तों मंगी उन्होंने वो इनफोरमेशन प्रोवाइड करती। ओके, आफ्टर दैट वो वेट कर रहे थे कि मेरा लाइसेंस मेरा ट्रेनिंग कंप्लीशन नंबर आएगा, मैं एग्जाम दे के लाइसेंस बनवा के मैं काम स्टार्ट करा। वो वेट करते रहे डेढ़ महीना दो महीना, उन्होंने ढाई तीन महीने बाद उन्होंने अपने ब्रदर नूं अप्रोच किया कि मैं इन्हों कॉल की सी, इन्होंने मेरा कोई सल्यूशन नहीं किया, कोई मैनू हुण रिप्लाई भी नहीं कर रहे, तो उन्होंने ब्रदर ने उन्होंने कॉल की, उन्होंने उस लड़की का नंबर जिहड़ी स्टूडेंट सी इत्थे ब्रैम्पटन दे विच, ते उहदे ब्रदर दा नंबर दोवां दा ब्लॉक कर नंबर ब्लॉक च करते। अच्छा, ते उस तो बाद उन्होंने कोई उन्होंने कम्युनिकेशन नहीं की, उन्होंने जिहड़े $300 ई ट्रांसफर किए सी वह भी ब्लॉक हो गए। ठीक है, कोई होर क्योंकि ना तो मिले सी ना उन्होंने ब्रदर मिले सी, सारी कम्युनिकेशन ही टैलीफोनिक सी, वह भी टैलीफोनिक भी वट्सएप टैलीफोनिक सी, जे जो कॉल भी रिकॉर्ड नहीं होंदी वट्सएप ते, ते ओ सारा फिर उन्होंने मैनू सारे स्क्रीनशॉट्स शेयर किए, तो उन्होंने सारा मैं दस्या कि किदा किदा साढ़े ना होया, तो ये क्योंकि मेरे जो भी उस तो बाद मैं ट्राई किया, काफ़ी होर भी मेरे नाल जिहड़े सेम फेस से वर्क कर रहे हैं, मैं उन्होंने कॉल करके इनफॉर्मेशन लैन की ट्राई की कि ये बंदा कि कहानी आप कर रहे हैं ਜਿਹੜੀ ਲੜਕੀ ਦਾ ਨਹੀਂ ਨਹੀਂ ਜਿਹੜਾ ਜਿਹੜਾ ਇਹ ਬੰਦੇ ਦਾ ਨਾਮ ਹੈ ਜੀ ਲਵਪ੍ਰੀਤ ਸਿੰਘ। ਅੱਛਾ, ਇਹ ਨੰਬਰ ਨਾਲ ਇਹਨੂੰ ਤੁਸੀਂ ਮੈਨੂੰ ਮੈਂ ਦੇਖਿਆ ਸੀ ਇਸ ਨੰਬਰ 'ਤੇ, ਮੈਂ ਵੀ ਇਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨੇ ਨੰਬਰ ਬੰਦ ਕੀਤਾ ਹੋਇਆ ਹੁਣ ਗੱਲ ਨਹੀਂ ਹੋਈ। ਮੈਂ ਕਈ ਵਾਰ ਟਰਾਈ ਕੀਤਾ ਇਹਨਾਂ ਕੋਲ ਕੰਟੈਕਟ ਕਰਨ ਦੀ, ਮੈਂ ਚਾਹੁੰਦਾ ਸੀ ਵੀ ਜੇ ਉਹ ਵੀ ਆਪਣੀ ਆ ਕੇ ਗੱਲ ਕਰਦਾ, ਅਤੇ ਪਰ ਉਹਦੇ ਨੰਬਰ 'ਤੇ ਉਹਦੇ ਨਾਲ ਕੰਟੈਕਟ ਨਹੀਂ ਹੋ ਰਿਹਾ। ਜਿਸ ਦਿਨ ਮੈਂ ਇਹ ਸਾਰਾ ਸੀਨ ਮੈਂ ਪਿਛਲੇ 6 ਮਹੀਨਿਆਂ ਤੋਂ ਟਰਾਈ ਕਰ ਰਿਹਾ, ਪਹਿਲਾਂ ਮੈਂ 6 ਮਹੀਨੇ ਪਹਿਲਾਂ ਮੇਰੀ ਗੱਲ ਹੋਈ ਸੀ, ਉਦੋਂ ਸੈਲਰੀਆਂ ਦਾ ਥੋੜ੍ਹਾ ਇਸ਼ੂ ਸੀਗਾ, ਇਹਨਾਂ ਨੇ ਸੈਲਰੀਆਂ ਨਹੀਂ ਸੀ ਦਿੱਤੀਆਂ ਬੱਚਿਆਂ ਦੀਆਂ ਸਟੂਡੈਂਟਸ ਦੀਆਂ, ਮੈਂ ਉਦੋਂ ਗੱਲ ਕੀਤੀ ਸੀ। ਉਸ ਤੋਂ ਬਾਅਦ ਮੇਰੀ ਡੇਢ ਮਹੀਨਾ ਪਹਿਲਾਂ ਫਿਰ ਗੱਲ ਹੋਈ ਸੀ ਟ੍ਰੇਨਿੰਗ ਕੰਪਲੀਸ਼ਨ ਨੰਬਰ ਸਕਿਉਰਿਟੀ ਲਾਇਸੈਂਸ ਦੇ ਰਿਲੇਟਡ, ਕਿ ਕਾਫੀ ਸਟੂਡੈਂਟਸ ਇੱਦਾਂ ਦੇ ਸੀ ਜਿਹੜੇ ਮੈਨੂੰ ਅਪਰੋਚ ਕਰ ਰਹੇ ਸੀਗੇ। ਉਸ ਤੋਂ ਬਾਅਦ 4 ਦਿਨ ਪਹਿਲੇ ਮੇਰੀ 3 ਦਸੰਬਰ ਨੂੰ ਗੱਲ ਹੋਈ ਸੀ ਇਹਨਾਂ ਨਾਲ, ਲਾਸਟ ਜਿਹੜੀ ਗੱਲ ਹੋਈ ਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਵੀ ਬਲੌਕ ਕਰਤਾ, ਜਿਹੜੇ ਸਟੂਡੈਂਟ ਸੀਗੇ ਜਿਨ੍ਹਾਂ ਦੀ ਮੈਂ ਉਹਨਾਂ ਨਾਲ ਡਿਸਕਸ਼ਨ ਕੀਤੀ ਉਹਨਾਂ ਨੂੰ ਵੀ ਬਲੌਕ ਕਰਤਾ। ਇਹਨੂੰ ਗੱਲ ਕਰਨੀ ਚਾਹੀਦੀ ਸੀ ਜਿਹਦੇ 'ਚ ਕੋਈ, ਮੈਨੂੰ ਲੱਗਦਾ ਸੀ ਵੀ ਇਹਦੀ ਆਰਗੂਮੈਂਟ ਸਹੀ ਹੈ। ਅਤੇ ਔਰ ਇਹਦੇ 'ਚ ਹੁਣ ਜਿਹੜੇ ਸਟੂਡੈਂਟਸ ਨੇ ਇਹਦੇ ਵਿਕਟਮ, ਅਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਸੁਣਨਾ ਚਾਹੁੰਦੇ ਹਾਂ। ਅਤੇ ਜੇ ਜਿਹੜੇ ਇਸ ਤਰ੍ਹਾਂ ਦੇ ਸਟੂਡੈਂਟ ਇਸ ਤਰ੍ਹਾਂ ਦੇ ਫਰੋਡ ਵਾਲੇ ਨੇ, ਅਤੇ ਜੇ ਕੋਈ ਹੈਗੇ ਨੇ ਆਪਣੀ ਕਹਾਣੀ ਸ਼ੇਅਰ ਕਰ ਸਕਦੇ ਨੇ ਸਾਡੇ ਨਾਲ, ਕਾਲ ਕਰਨਾ ਹੋਵੇ ਜਾਂ ਟੈਕਸਟ ਮੈਸੇਜ ਕਰਨਾ ਹੋਵੇ, ਨੰਬਰ ਹੈ 905-790-5555। ਕੁਛ ਹੋਰ ਵੀ ਦੋਸਤ ਕਾਲ ਕਰ ਰਹੇ ਨੇ, ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਅਸੀਂ ਤੁਹਾਨੂੰ ਬਾਅਦ 'ਚ ਸੁਣਾਂਗੇ। ਰਾਜੀਵ ਜੀ, ਜਿਵੇਂ ਤੁਹਾਡਾ ਵੀ ਮੈਂ ਦੇਖ ਰਿਹਾ ਨੰਬਰ, ਜਿਹੜੇ ਪਹਿਲਾਂ ਵਿਕਟਮ ਸਟੂਡੈਂਟ ਨੇ ਅਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ। ਸਾਡੇ ਨਾਲ ਸਭ ਤੋਂ ਪਹਿਲਾਂ ਨੇ ਮਨੀਸ਼ਾ। ਹਾਂਜੀ ਮਨੀਸ਼ਾ। ਹੈਲੋ। ਹਾਂਜੀ ਮਨੀਸ਼ਾ, ਤੁਸੀਂ ਆਨ ਏਅਰ ਹੋ ਜੀ ਤੁਹਾਡੇ। ਹਾਂਜੀ ਬਿਲਕੁਲ, ਤੁਸੀਂ ਆਨ ਏਅਰ ਹੋ, ਅਤੇ ਤੁਹਾਡੇ ਨਾਲ ਜੋ ਹੋਇਆ ਮੈਨੂੰ ਦੱਸਿਓ। ਜਿਹੜਾ ਇਹ ਸਾਰੀ ਕਹਾਣੀ ਅਸੀਂ ਗੱਲ ਕਰ ਰਹੇ ਨਾ, ਤੁਸੀਂ ਵੀ ਸਿਕਿਉਰਿਟੀ ਲਾਇਸੈਂਸ ਵਾਸਤੇ ਪੈਸੇ ਦਿੱਤੇ ਸੀ? ਹਾਂਜੀ। ਅੱਛਾ, ਕੀ ਹੋਇਆ ਥੋੜਾ ਜਿਹਾ ਦੱਸੋ, ਥੋੜੇ ਸ਼ਬਦਾਂ 'ਚ ਦੱਸਿਓ। ਮੈਂ ਮੇ ਦੇ ਵਿੱਚ ਮਤਲਬ 15 ਮਈ ਨੂੰ ਇਹਨਾਂ ਨੂੰ ਕੰਟੈਕਟ ਕੀਤਾ ਸੀਗਾ। ਓਕੇ। ਲਵਪ੍ਰੀਤ ਨੂੰ ਸਿਕਿਉਰਿਟੀ ਲਾਇਸੈਂਸ ਲਈ, ਤੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਐਡਵਾਂਸ ਪੇਮੈਂਟ ਕਰੋ ਤੁਸੀਂ। ਓਕੇ। ਤਾਂ ਮੈਂ ਕਰਤੀ ਸੀਗੀ ਉਸ ਟਾਈਮ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਮੈਨੂੰ ਮਤਲਬ ਜਿੱਦਾਂ ਬਹਾਨੇ ਲਾਉਣ ਲੱਗ ਗਏ ਕਿ ਅਸੀਂ ਬਣਾ ਦਾਂਗੇ ਲਾਇਸੈਂਸ। ਸੋਰੀ, ਮੈਂ ਤੁਰੀ ਜਾਂਦੀ ਸੀਗੀ ਸਰ। ਅੱਛਾ, ਕੋਈ ਨਹੀਂ ਕੋਈ ਨਹੀਂ, ਰੁਕ ਜਾਓ ਇੱਕ ਜਗ੍ਹਾ। ਹਾਂਜੀ ਹਾਂਜੀ। ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਇਹਨਾਂ ਨੂੰ ਕੰਟੈਕਟ ਕੀਤਾ, ਕਾਲ ਕੀਤੀ ਉਹਨਾਂ ਦੇ ਉਸ ਤੇ, ਤਾਂ ਇਹ ਕਹਿ ਦਿੰਦੇ ਕਿ ਕੋਈ ਨਹੀਂ ਥੋੜ੍ਹੇ ਦਿਨ ਰੁਕ ਜਾਓ, ਥੋੜ੍ਹੇ ਦਿਨ ਰੁਕ ਜਾਓ। ਬਟ ਉਸ ਤੋਂ ਬਾਅਦ ਕੀ ਹੋਇਆ ਕਿ 2 ਮੰਥ ਲੰਘ ਗਏ, 3 ਮੰਥ, ਤੇ ਹੁਣ ਨਵੰਬਰ ਦੇ ਵਿੱਚ ਮਤਲਬ 7 ਮਹੀਨੇ ਹੋ ਗਏ ਸੀਗੇ, ਤੇ ਇਹਨਾਂ ਨੇ ਕੋਈ ਰਿਸਪੋਂਸ ਨਹੀਂ ਦਿੱਤਾ, ਮੈਸੇਜ ਵੀ ਸੀਨ ਕਰਕੇ ਛੱਡਣ ਲੱਗ ਗਏ ਸੀਗੇ। ਤੇ ਫਿਰ ਮੈਨੂੰ ਸੰਦੀਪ ਭਾਅ ਜੀ ਨਾਲ ਕੰਟੈਕਟ ਕਰਨਾ ਪਿਆ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਇੱਥੇ ਸਟੂਡੈਂਟ ਕਿਵੇਂ ਪੈਸੇ ਕਮਾਉਂਦੇ ਆ, ਤੇ ਜੇ ਏਦਾਂ ਹੀ ਕੋਈ ਮਤਲਬ ਫਰੌਡ ਕਰੂਗਾ ਤੇ ਤੁਸੀਂ ਪੁਲਿਸ ਕੋਲ ਨਹੀਂ ਜਾਣ ਦੇ ਸੋਚਿਆ? ਵੀ ਮੈਂ ਪੁਲਿਸ ਕੋਲ ਕੰਪਲੇਂਟ ਕਰਦਾ। ਮੈਂ ਸੋਚਿਆ ਸੀ, ਬਟ ਆਪਾਂ ਇੱਕ ਸਟੂਡੈਂਟ ਹਾਂ, ਤਾਂ ਮੈਨੂੰ ਲੱਗਿਆ ਕਿ ਸ਼ਾਇਦ ਵੀ ਪਤਾ ਨਹੀਂ ਕਿੱਡੀ ਕੁ ਵੱਡੀ ਗੱਲ ਬਣ ਜੂਗੀ ਤੇ ਮੇਰੇ ਲਈ ਰਿਸਕੀ ਨਾ ਹੋਵੇ ਕੁਛ। ਇਸ ਕਰਕੇ ਇਹ ਬੜੀ ਕਾਮਨ ਗੱਲ ਹੈ ਵੈਸੇ, ਜ਼ਿਆਦਾਤਰ ਸਟੂਡੈਂਟ ਇਹੀ ਸੋਚਦੇ ਨੇ ਕਿ ਕੋਈ ਹੋਰ ਨਾ ਪੰਗਾ ਪੈ ਜੇ ਪੁਲਿਸ ਕੋਲ ਜਾਂ ਕਿਸੇ ਥਾਂ ਤੇ ਜਾ ਕੇ ਸ਼ਿਕਾਇਤ ਕਰਨ ਤੋਂ ਵੀ ਡਰਦੇ ਨੇ।
हां जी एदा हो जांदा क्योंकि इत्थे इक तां नवें आए हुन्ने आ ते कुछ पता नहीं हुंदा ओदा एदा सीगा कि चलो काम मिल जूगा ते ए कहंदे कि कोई नहीं लाइसेंस भी असीं बना देंगे ते तुहानूं काम भी दवावांगे इन्हां ने ए कहा सीगा बट फिर इन्हां नूं जदों मैं मतलब हुण लास्ट 20-25 दिन पहला मैसेज कीता तां इन्हां ने मैनूं ब्लॉक कीता होया सी अच्छा चलो थैंक यू तुहाडी मेरे ख्याल है कहानी आ गई है बहुत बहुत शुक्रिया जी असीं अगले वीक जिहड़े कुछ होर विक्टम ने उन्हां नूं भी सुनना चाहुंदे आ तां कि थोड़ा जिहा सानूं आइडिया ते हो सके भी चलदा की है इस कम्यूनिटी च रविंदर ने नैक्सट हाँ जी रविंदर हैलो हाँ जी रविंदर तुसीं आउणे रहो ते की हाल चाल है ठीक है तुहाडा ਐਵੇਂ ਕਿਹਾ ਸੀ ਵੀ ਅਸੀਂ 3 ਵੀਕ ਦੇ ਵਿੱਚ ਅਪਾਇੰਟਮੈਂਟ ਬੁੱਕ ਕਰਵਾ ਦਾਂਗੇ ਤੁਹਾਡੀ ਅੱਛਾ ਤੇ ਫਿਰ ਮੈਂ 300 ਪੇ ਕਰਤਾ ਸੀ ਐਡਵਾਂਸ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਤੇ ਉਹ ਕਹਿੰਦੇ ਵੀ ਕਰ ਦਿਓ ਐਂਡ ਕਿਹਾ ਵੀ ਜੇ ਨਾ ਰਿਜ਼ਲਟ ਪੋਜ਼ੀਟਿਵ ਅਸੀਂ 7 ਵੀਕ ਦੇ ਵਿੱਚ ਅੰਦਰ ਅੰਦਰ ਪੇਮੈਂਟ ਰਿਟਰਨ ਕਰ ਦਾਂਗੇ ਤੁਹਾਡੀ ਓਕੇ ਤੇ ਮੈਂ ਤਿੰਨ ਵੀਕ ਵੇਟ ਵੀ ਕੀਤੀ ਤੇ ਮੈਸੇਜ ਕਰਿਆ ਗਏ ਨਾ ਵੇਟ ਲਈ ਕਿਹਾ ਉਹਨਾਂ ਨੇ ਫਿਰ ਓਕੇ ਫਿਰ ਮੈਂ ਫਿਰ ਮੈਸੇਜ ਕੀਤਾ ਫਿਰ ਥੋੜੇ ਟਾਈਮ ਬਾਅਦ ਮੈਂ ਉਹਨਾਂ ਨੂੰ ਰਿਸਪੋਂਸ ਦਿੱਤਾ ਮੈਂ ਕਿਹਾ ਵੀ ਕੋਈ ਰਿਸਪੋਂਸ ਨਹੀਂ ਦੇ ਰਹੇ ਤੁਸੀਂ ਫਿਰ ਉਹਨਾਂ ਨੇ ਮੈਨੂੰ ਥੋੜੇ ਦਿਨਾਂ ਬਾਅਦ ਫਿਰ ਬਲੌਕ ਕਰਤਾ ਉਹਨਾਂ ਨੇ ਮੈਨੂੰ ਬਲੌਕ ਹੀ ਕਰਤਾ ਸਾਰੇ ਪਾਸੇ ਅੱਛਾ ਇਹ ਮਤਲਬ ਇੱਕ ਕਾਮਨ ਹੀ ਉਹਦਾ ਇੱਕ ਹੈ ਤਰੀਕਾ ਕਿ ਥੋੜੀ ਦੇਰ ਬਾਅਦ ਬਲੌਕ ਕਰ ਦਿਓ ਹਾਂਜੀ ਪਹਿਲਾਂ ਤਾਂ ਕਹਿੰਦੇ ਤੁਹਾਡਾ ਅੱਜ 3 ਵੀਕ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊ ਫਿਰ ਮੈਂ ਬਾਅਦ 'ਚ ਮੈਸੇਜ ਕੀਤਾ ਉਹਨਾਂ ਨੂੰ ਅਤੇ ਫਿਰ ਉਹਨਾਂ ਨੇ ਇੱਕ ਦੋ ਵਾਰ ਰਿਪਲਾਈ ਦਿੱਤਾ ਫਿਰ ਮੈਨੂੰ ਬਲੌਕ ਕਰਤਾ ਥੈਂਕ ਯੂ ਰਵਿੰਦਰ ਬਹੁਤ ਸ਼ੁਕਰੀਆ ਅਤੇ ਅੱਗੇ ਸਾਡੇ ਨਾਲ ਇੱਕ ਹੋਰ ਹੈਗੇ ਨੇ ਇਹਦੇ ਵਿਕਟਮ ਤੁਸੀਂ ਆਉਣੇ ਰਹੋ ਜੀ ਕਰੋ ਗੱਲ ਹਾਂਜੀ ਬਲਦੀਪ ਹੈਲੋ ਹਾਂਜੀ ਤੁਸੀਂ ਆਉਣੇ ਰਹੋ ਕਰੋ ਗੱਲ ਹਾਂਜੀ ਅਤੇ ਤੁਹਾਡੇ ਨਾਲ ਕੀ ਹੋਇਆ ਤੁਸੀਂ ਵੀ ਇਸ ਜਿਹੜੇ ਇਸ ਤਰ੍ਹਾਂ ਦੇ ਫਰੋਡ ਦੇ ਵਿਕਟਮ ਹੋ ਹਾਂਜੀ ਕੀ ਹੋਇਆ ਤੁਹਾਡੇ ਨਾਲ ਕੀ ਹੋਇਆ ਦੱਸੋ ਸਾਰੀ ਗੱਲ ਦੱਸੋ ਐਕਚੁਅਲੀ ਸਰ ਮੇਰੀ ਨਾ ਫਰੈਂਡ ਦਾ ਕੇਸ ਸੀ ਉਹ ਗੱਲ ਨਹੀਂ ਕਰਨਾ ਚਾਹੁੰਦੀ ਸਾਹਮਣੇ ਨਹੀਂ ਆਉਣਾ ਚਾਹੁੰਦੀ ਅਨਮੋਲ ਨਾਮ ਸੀ ਉਹਨਾਂ ਦਾ ਹਾਂਜੀ ਤੇ ਉਹ ਇੰਡੀਆ ਤੋਂ ਆਏ ਸੀ ਨਵੇਂ ਸੋ ਕਾਫੀ ਉਹ ਪਹਿਲਾਂ ਵੀ ਪੈਸੇ ਤੋਂ ਮਤਲਬ ਤੰਗ ਚੱਲ ਰਹੇ ਸੀ ਤੇ ਉਹਨਾਂ ਨੇ ਕਿਤੇ ਐਡ ਦੇਖੀ ਸੀ ਸਕੈਨ ਸਿਕਿਉਰਿਟੀ ਸਮਥਿੰਗ ਵੀਜ਼ੇ ਦੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਹਨਾ ਸੀ ਕਿਉਂਕਿ ਮੈਂ ਪਹਿਲਾਂ ਵੀ ਆਈ ਹੋਈ ਸੀ ਤਾਂ ਵੀਜ਼ਾ ਲਗਵਾਉਣਾ ਸੀ ਯੂਐਸ ਦਾ ਵੀਜ਼ਾ ਲੈਣਾ ਸੀ ਨਹੀਂ ਲਾਇਸੈਂਸ ਸਿਕਿਉਰਿਟੀ ਲਾਇਸੈਂਸ ਮਤਲਬ ਉਹਨਾਂ ਨੇ ਕਾਫੀ ਪਾਈਆਂ ਹੋਈਆਂ ਸੀ ਵੀਜ਼ੇ ਦੀ ਵੀ ਲਾਇਸੈਂਸ ਦੀ ਵੀ ਸਭ ਕਾਸੇ ਦੀ ਓਕੇ ਟ੍ਰੇਨਿੰਗ ਦਾ ਸਭ ਕੁਝ ਲਾਇਸੈਂਸ ਦਾ ਤਾਂ ਆਪਾਂ ਉਹਨਾਂ ਨੂੰ ਰੀਚ ਆਊਟ ਕੀਤਾ ਉਹਨਾਂ ਨੇ ਸਾਨੂੰ ਇਨਟ੍ਰੈਕ ਆਈਡੀ ਦਿੱਤੀ ਕਿ ਇੱਥੇ ਇਨਟ੍ਰੈਕ ਕਰ ਦਿਓ ਤੇ 2-3 ਹਫ਼ਤੇ 'ਚ ਤੁਹਾਨੂੰ ਤੁਹਾਡਾ TCN ਔਰ ਲਾਇਸੈਂਸ ਡਿਜੀਟਲ ਲਾਇਸੈਂਸ ਮਿਲ ਜਾਏਗਾ ਬਟ ਆਪਾਂ ਜਿੱਦਾਂ 2-3 ਹਫ਼ਤੇ ਬਾਅਦ ਉਹਨਾਂ ਨੂੰ ਪੁੱਛਿਆ ਕਿ ਹਨਾ ਕੁਛ ਵੀ ਨਹੀਂ ਆਇਆ ਕਿਉਂਕਿ TCN ਪਹਿਲਾਂ ਆ ਜਾਂਦਾ ਤਾਂ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਫਿਰ ਆਪਾਂ ਕਾਲ ਕੀਤਾ ਤਾਂ ਉਹਨਾਂ ਨੇ ਸਾਨੂੰ ਹੋਰ 2 ਵੀਕ ਦਾ ਟਾਈਮ ਦੇ ਦਿੱਤਾ ਕਿ ਆਫਟਰ 2 ਵੀਕਸ ਰੀਚ ਕਰਿਓ ਵੀ ਮੈਂ ਉਦੋਂ ਕਰ ਦੂੰਗਾ ਬਟ ਫਿਰ ਆਪਾਂ ਉਹਦੇ ਬਾਅਦ ਜਦੋਂ ਟਰਾਈ ਕੀਤੀ ਕਾਲ ਕਰਨ ਦੀ ਉਹਨਾਂ ਨੇ ਵਟਸਐਪ ਤੋਂ ਵੀ ਬਲੌਕ ਕਰਤਾ ਕਾਲ ਤੋਂ ਵੀ ਅੱਛਾ ਸਭ ਕਾਸੇ ਤੋਂ ਕਰਤਾ ਓਕੇ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਅਤੇ ਇਹ ਜਿਹੜੀ ਕੁਛ ਐਗਜ਼ਾਮਪਲਸ ਅਸੀਂ ਸੁਣੀਆਂ ਇਹ ਨਰਸਰੀ ਹੈ ਫਰੋਡ ਦੀ ਜਿਹੜੀ ਨਵੀਂ ਕੈਨੇਡੀਅਨ ਨਰਸਰੀ ਅਸੀਂ ਤਿਆਰ ਕਰ ਰਹੇ ਹਾਂ ਇਹ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਕਮਿਊਨਿਟੀ ਜਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਜਿਸ ਤਰੀਕੇ ਨਾਲ ਰਨ ਹੋ ਰਿਹਾ ਇਹਦੇ 'ਚ ਹੁਣ ਜਿਹੜੇ ਸਟੂਡੈਂਟਸ ਨੇ ਉਹ ਬੜੇ ਡੈਸਪਰੇਟ ਸਿਚੁਏਸ਼ਨ 'ਚ ਹੁੰਦੇ ਨੇ ਫਿਰ ਉਹ ਡਰਦੇ ਨੇ ਫਿਰ ਉਹ ਨਵੇਂ ਨੇ ਅਤੇ ਜਿਨ੍ਹਾਂ ਨੂੰ ਉਹਨਾਂ ਦੀ ਇਸ ਸਿਚੁਏਸ਼ਨ ਦਾ ਪਤਾ ਉਹੀ ਇਸ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਇੱਕ ਪਾਸੇ ਅਸੀਂ ਵਿਕਟਮ ਤਿਆਰ ਕਰ ਰਹੇ ਹਾਂ ਅਤੇ ਦੂਜੇ ਪਾਸੇ ਇਹ ਜਿਹੜੇ ਟ੍ਰੇਨਿੰਗ ਲੈ ਰਹੇ ਨੇ ਛੋਟੇ ਛੋਟੇ ਫਰੋਡ ਦੀ 2-2, 3-3 ਸੌ ਵਾਲਾ ਫਰੋਡ ਹੈ ਇਹਨਾਂ ਨੇ ਫਿਰ ਅੱਗੇ ਵੱਡੇ ਹੋ ਕੇ ਫਿਰ ਵੱਡੇ ਵੱਡੇ ਫਰੋਡ ਵੀ ਕਰਨੇ ਆ ਸੋ ਇਹੋ ਜਿਹਾ ਇਸ਼ੂ ਹੈ ਜਿਹਦੇ ਬਾਰੇ ਸਾਨੂੰ ਘੱਟੋ ਘੱਟ ਪਤਾ ਹੋਣਾ ਚਾਹੀਦਾ ਬਾਹਰ ਬੈਠਿਆਂ ਨੂੰ ਤਾਂ ਬੜਾ ਚੰਗਾ ਲੱਗਦਾ ਜਿਹੜੇ ਸਿਰਫ ਥੋਰੈਟੀਕਲ ਗੱਲਾਂ ਕਰਦੇ ਨੇ ਨਾ ਲੋਕ ਕਿ ਜੀ ਬੜੀ ਜੋਬ ਦੀ ਕਿੱਲਤ ਹੈ ਇੱਥੇ ਅਤੇ ਸਾਨੂੰ ਬੜੀ ਵਰਕ ਫੋਰਸ ਦੀ ਜ਼ਰੂਰਤ ਹੈ ਇਹ ਨਵੇਂ ਕੈਨੇਡੀਅਨ ਆ ਰਹੇ ਨੇ ਸਾਡੀ ਜ਼ਰੂਰਤ ਹੈ ਸਾਨੂੰ ਸਾਡੇ ਜਿਹੜੇ ਰਿਟਾਇਰੀਜ਼ ਨੇ ਉਹਨਾਂ ਨੂੰ ਇਹਨਾਂ ਨੇ ਰਿਪਲੇਸ ਕਰਨਾ ਪਰ ਜਿਸ ਤਰੀਕੇ ਨਾਲ ਇਹਨਾਂ ਦੀ ਜਰਨੀ ਇਸ ਕੰਟਰੀ 'ਚ ਸ਼ੁਰੂ ਹੁੰਦੀ ਹੈ ਉਹਦੀ ਇਹ ਇੱਕ ਇਗਜ਼ਾਮਪਲ ਹੈ ਅਤੇ ਜਸਟ ਇੱਕ ਛੋਟੀ ਜਿਹੀ ਇਗਜ਼ਾਮਪਲ ਹੈ ਅਤੇ ਵਿਕਟਮ ਦਾ ਹਾਲ ਇਹ ਹੈ ਸਰੂਪ ਸਿੰਘ ਦਾ ਮੈਸੇਜ ਹੈ
ਕਹਿੰਦੇ ਜੀ ਪੁਲਿਸ ਕੋਲ ਮੈਂ ਗਿਆ ਸੀਗਾ ਅਤੇ ਪੁਲਿਸ ਕਹਿੰਦੀ ਜੀ ਕੁਛ ਨਹੀਂ ਹੋ ਸਕਦਾ, 10 ਬੰਦੇ ਕਹਿੰਦੇ ਸੇਮ ਪ੍ਰੋਬਲਮ ਲੈ ਕੇ ਹੋਰ ਵੀ ਆਏ ਸੀਗੇ ਅਤੇ ਇਸ ਕਰਕੇ ਇਹਦੇ 'ਚ ਕੁਛ ਨਹੀਂ ਹੋ ਸਕਦਾ। ਫੋਨ ਲਾਈਨ 'ਤੇ ਅੱਗੇ ਸਾਡੇ ਨਾਲ ਰਮਨਦੀਪ ਕੌਰ ਹੈ। ਹਾਂਜੀ ਰਮਨਦੀਪ। ਹੈਲੋ। ਹਾਂਜੀ ਰਮਨਦੀਪ ਜੀ। ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡੇ ਨਾਲ ਵੀ ਕੁਛ ਹੋਇਆ ਇੱਦਾਂ ਦਾ? ਹਾਂਜੀ ਮੇਰੇ ਨਾਲ 2 ਟਾਈਮਸ ਫਰੋਡ ਹੋਇਆ, ਇੱਕ ਜਦੋਂ ਮੈਂ ਸਟੂਡੈਂਟ ਆਈ ਆਈ ਸੀ ਅਤੇ ਹੁਣ ਮੇਰੇ ਨਾਲ ਰੀਸੈਂਟ ਜਿਹੜਾ ਫਰੋਡ ਹੋਇਆ ਉਹ ਥੋੜ੍ਹਾ ਜਿਹਾ ਡਿਫਰੈਂਟ ਆ। ਉਹ ਫਰੋਡ ਇੱਦਾਂ ਹੋਇਆ, ਚਲੋ ਸਟੂਡੈਂਟ ਵਾਲਾ ਤਾਂ ਮੇਰਾ ਜੋਬ ਦੇ ਰਿਲੇਟਡ ਹੀ ਸੀ ਕਿ ਮੈਨੂੰ ਇੱਕ ਔਨਲਾਈਨ ਜੋਬ ਮਿਲੀ ਸੀਗੀ, ਮੈਂ ਅਪਲਾਈ ਕਰਤਾ, ਉਹਨਾਂ ਨੇ ਸਾਰੀਆਂ ਫਾਰਮੈਲਿਟੀਜ਼ ਨਿਭਾਈਆਂ, ਮੇਰੇ ਤੋਂ ਪੇਪਰ ਵਰਕ, ਐਪਲੀਕੇਸ਼ਨ ਭਰਾਈ, ਮੇਰੇ ਡਾਕੂਮੈਂਟਸ ਲਏ। ਤਾਂ ਮੇਰੀ ਜੋਬ ਸੀਗੀ ਵੈਬਸਾਈਟ ਦੇ ਉੱਪਰ ਮੈਂ ਮੈਨੇਜ ਕਰਨਾ ਸੀਗਾ ਅਤੇ ਲੋਕਾਂ ਨੇ ਉਹਦੇ ਤੋਂ ਪ੍ਰੋਡਕਟ ਬਾਏ ਕਰਨੇ ਸੀ ਅਤੇ ਸੀਨਰੀਆਂ ਮੈਂ ਔਨਲਾਈਨ ਹੀ ਔਡਰ ਪਲੇਸ ਕਰਨੀਆਂ ਸੀ। ਉਹ ਕਹਿੰਦੇ ਸੀ ਸਾਡਾ ਵੇਅਰ ਹਾਊਸ ਬੈਕਐਂਡ ਤੋਂ ਆਪਣੇ ਆਪ ਉਹਨਾਂ ਦੇ ਘਰੇ ਡਿਲੀਵਰੀ ਕਰਵਾ ਦਿਆ ਕਰੂਗਾ ਸੀਨਰੀਜ਼ ਦੀ। ਅਤੇ ਜਦੋਂ ਤੁਸੀਂ ਉਹਨਾਂ ਨੇ ਔਡਰ ਕਰਤਾ, ਔਨਲਾਈਨ ਕਾਰਟ 'ਚ ਪਾ ਲਿਆ, ਪਲੇਸ ਆਊਟ ਕਰਤਾ, ਤਾਂ ਤੁਹਾਨੂੰ ਉਹ ਚੈੱਕ ਫੋਟੋ ਭੇਜਣਗੇ ਤਾਂ ਤੁਸੀਂ ਆਪਣੇ ਅਕਾਊਂਟ 'ਚ ਲਾਉਂਦੇ ਰਹਿਣਾ। ਓਕੇ। ਤਾਂ ਮੈਂ ਚੈੱਕ ਅਕਾਊਂਟ 'ਚ ਲਾ ਲਏ 3-4, ਤਾਂ ਮੈਨੂੰ $3,000 ਬਣ ਗਿਆ ਹੈ ਨਾ। ਅਤੇ ਸ਼ਾਮ ਨੂੰ ਮੈਂ ਗੋਰੇ ਨੂੰ US ਦਾ ਬੰਦਾ ਸੀਗਾ, ਉਹ ਕਹਿੰਦਾ ਕਿ ਮੇਰੀ ਬੇਟੀ ਦਾ ਓਪਰੇਸ਼ਨ ਹੋ ਰਿਹਾ ਹੈਗਾ, ਮੈਂ USA ਹੋਸਪਿਟਲ 'ਚ ਹਾਂ, ਇਸ ਕਰਕੇ ਮੈਂ ਤੈਨੂੰ ਸ਼ਾਮ ਨੂੰ ਹੀ 5 ਮਿੰਟ ਕਾਲ ਕਰੂੰਗਾ, ਤੂੰ ਮੈਨੂੰ ਅਪਡੇਟ ਦੇ ਦੀ, ਰੈਸਟ ਤੂੰ ਟੇਕੇਅਰ ਕਰਨੀ ਆ। ਅਤੇ ਮੈਨੂੰ ਸਾਰੀ ਟ੍ਰੇਨਿੰਗ ਉਹਨੇ ਦਿੱਤੀ ਸੀਗੀ। ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਸ਼ਾਮ ਨੂੰ ਕਾਲ ਕੀਤੀ ਕਿ $3,000 ਦੀ ਸੇਲ ਹੋ ਗਈ ਹੈ, ਇਟ ਵਾਸ ਲਾਈਕ ਓਕੇ ਵੈਰੀ ਗੁੱਡ, ਹੁਣ ਤੂੰ ਕੀ ਕਰ ਕਿ ਮੈਨੂੰ ਜਾ ਕੇ ਐਪਲ ਸ਼ੋਪਰ ਡਰੱਗ ਮਾਰਟ ਤੋਂ ਐਪਲ ਦੇ ਜਿਹੜੇ ਵੀ ਮਿਊਜ਼ਿਕ ਵਾਲੇ ਜਾਂ ਹੋਰ ਕਾਰਡ ਹੁੰਦੇ ਆ ਉਹਨਾਂ ਦੀਆਂ ਫੋਟੋਜ਼ ਭੇਜ ਦੇ 7-8 ਦੀਆਂ। ਅਤੇ ਕੁਛ ਪਰ ਇਹ ਜਿਹੜਾ ਫਰੌਡ ਕਰਨ ਵਾਲੇ ਤਾਂ ਕੋਈ ਜਰਨਲ ਕੰਪਨੀ ਸੀ, ਕੋਈ ਬਾਹਰੋਂ, ਹੈ ਨਾ? ਹਾਂਜੀ ਹਾਂਜੀ, ਕਿਉਂਕਿ ਅੱਜ ਅਸੀਂ ਸਿਰਫ ਸਟੂਡੈਂਟ ਦੇ ਅੰਦਰ ਜਿਹੜੇ ਚੱਲਦੇ ਉਹਨਾਂ ਦੀ ਗੱਲ ਕਰ ਰਹੇ ਹਾਂ, ਅਤੇ ਪਰ ਤੁਸੀਂ ਸਟੂਡੈਂਟ ਨਵੇਂ ਸੀ ਇਸ ਕਰਕੇ ਤੁਹਾਨੂੰ ਪਤਾ ਨਹੀਂ ਸੀ, ਤੁਸੀਂ ਵੀ ਇਹਦੇ ਵਿਕਟਮ ਬਣ ਗਏ ਉਦੋਂ ਸ਼ੁਰੂ 'ਚ। ਚਲੋ ਉਸ ਪੱਖੋਂ ਤਾਂ ਠੀਕ ਹੈ। ਦਿਲਪ੍ਰੀਤ, ਤੁਸੀਂ ਵੀ ਤਾਂ ਹੀ ਗੱਲ ਕਰਿਓ ਜੇ ਤੁਸੀਂ ਸਟੂਡੈਂਟ ਹੋ ਤੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਹੀ ਫਰੌਡ ਹੋਇਆ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਇੱਕ ਕੁੜੀ ਆਈ ਸੀ ਤੇ ਉਹਨੇ ਨਾ ਸਕਿਉਰਟੀ ਜਿਵੇਂ ਜੋਬਸ ਹੈ ਨਹੀਂ ਤੇ ਓਬਵੀਅਸਲੀ ਸਾਰਾ ਸਕਿਉਰਟੀ ਵੱਲ ਜਾਂਦੇ, ਉਹਨੇ ਲਾਇਸੈਂਸ ਬਣਾਉਣਾ ਸੀ ਤੇ ਉਹਦੇ ਨਾ ਗਰੁੱਪ ਚੋਂ ਨੰਬਰ ਲੱਭਿਆ ਤੇ ਕਿਸੇ ਨੇ ਨਾ ਜਿਵੇਂ ਕੰਪਨੀ ਹੈਗੀ ਸੀ ਉਹ ਐਗਜਿਸਟ ਕਰਦੀ ਆ ਬਟ ਉੱਥੇ ਨੰਬਰ ਚੇਂਜ ਕਰਕੇ ਆਪਦਾ ਨਾਂ ਲੈ ਰੱਖਿਆ, ਮਤਲਬ ਸਾਰਾ ਕੁਛ ਸੇਮ ਬਣਾ ਰੱਖਿਆ ਜਿਵੇਂ ਜੈਨੂਇਨ ਆ ਪੂਰੀ। ਅੱਛਾ। ਤੇ ਉਹਨੇ ਐਵੇਂ TCN ਨੰਬਰ ਵਾਸਤੇ ਜੋ ਕਿਹਾ ਕਿ ਉਹਨੇ $200 ਇੰਟਰੈਕਟ ਖਾਲਿਆ ਤੇ ਕਹਿੰਦਾ ਕਿ ਭਾਈ ਕਰਦਾ, ਫਿਰ ਵੀਕ ਤੇ ਵੀਕ ਅੱਗੇ ਵੀ ਕਰਦਾ ਗਿਆ, ਕੋਈ ਉਹਨੇ ਰਿਪਲਾਈ ਨਹੀਂ, ਬਾਅਦ ਬਲੋਕ ਕਰਤਾ। ਨਮਸਕਾਰ ਸ਼ਮੀਲ ਜੀ, ਕਿਉਂਕਿ ਸਭ ਤੋਂ ਵੱਡਾ ਵਿਕਟਿਮ ਅਸੀਂ ਹੈਗੇ ਆ ਜੀ ਫਰੌਡ ਦੇ ਵਾਸਤੇ। ਹੁਣ ਤੁਸੀਂ ਕਹੋਗੇ ਤੁਸੀਂ ਤਾਂ ਇੰਟਰਨੈਸ਼ਨਲ ਸਟੂਡੈਂਟ ਨਹੀਂ, ਵੀ ਹੈਵ ਅ ਸਿਕਿਉਰਿਟੀ ਕੰਪਨੀ ਜੀ, ਸਾਡੀ ਕੰਪਨੀ ਦਾ ਹਾਲ ਹੋ ਗਿਆ, ਇਹਨਾਂ ਨੇ ਕਰ ਦਿੱਤਾ ਆ ਕੇ। ਇੱਕ ਨਾਂ ਨੀ ਮੈਂ ਤੁਹਾਨੂੰ 10 ਨਾਂ ਦੇ ਸਕਦਾ, ਅਗਰ ਮੈਂ ਟਾਈਮ ਦਿਓ, ਆਈ ਥਿੰਕ ਬਹੁਤ ਲੋਕ ਸੁਣਦੇ ਹੋਣਗੇ। ਹਾਂਜੀ। ਇੱਕ ਬੰਦਾ ਨੀ ਹੈਗਾ, ਇਹੋ ਜਿਹੇ ਬੜੇ ਬੰਦੇ ਹੈਗੇ ਆ ਜਿਹੜੇ ਕਿ ਇਹੋ ਫਰੌਡ ਕਰਦੇ ਪਏ ਆ। ਓਕੇ। ਤੇ ਸਾਡਾ ਜਿਹੜਾ ਅਸੀਂ ਲੀਡਿੰਗ ਪ੍ਰੋਵਾਈਡਰ ਸਿਕਿਉਰਿਟੀ ਟ੍ਰੇਨਿੰਗ ਦੇ, ਮਿਨਿਸਟਰੀ ਅਪਰੂਵਡ, ਰੈਡ ਕਰਾਸ ਟ੍ਰੇਨਿੰਗ ਪਾਰਟਨਰ, ਹਰ ਚੀਜ਼ ਪ੍ਰੋਪਰ ਕਰਨੇ ਆ। ਤੇ ਸਾਡੇ ਕੋਲ ਇਹ ਹਾਲ ਹੈ ਇਸ ਲਈ ਕਿ ਸਾਡੀ ਜਿਹੜੀ ਐਕਚੁਅਲ ਬਿਜ਼ਨਸ ਤੋਂ ਅਸੀਂ 50% ਬਿਜ਼ਨਸ ਨਹੀਂ ਕਰ ਰਹੇ, ਡਿਫੀਕਲਟ ਟੂ ਸਰਵਾਈਵ ਹੋ ਗਿਆ ਕਿ ਸ਼ਾਇਦ ਬਿਜ਼ਨਸ ਬੰਦ ਕਰਨਾ ਪਏ ਸਾਨੂੰ, ਕਿਉਂਕਿ ਅਸੀਂ ਗਲਤ। ਔਰ ਇਹ ਬੰਦੇ ਇਹੋ ਕਰ ਰਹੇ ਜੀ, ਅਸੀਂ ਘਰੋਂ ਪੈਸੇ ਚੁੱਕ ਲਾਂਗੇ। ਔਰ ਇੱਕ ਹੋਰ ਜਿਹੜਾ ਕਿਸੇ ਨੇ ਟੱਚ ਨਹੀਂ ਕੀਤਾ ਸਰ, ਹਰ ਸਟੂਡੈਂਟ ਆਉਂਦਾ, ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਆਪਣੀ ਐਜੂਕੇਸ਼ਨ ਲਓ, ਚੰਗੀ ਵੈਬਸਾਈਟ ਤੇ ਜਾਓ, ਸਾਡੀ ਵੈਬਸਾਈਟ ਤੇ ਪੈਸੇ ਪੇ ਕਰੋ, ਤੁਹਾਨੂੰ ਇਨਵੋਇਸ ਮਿਲਦਾ। ਔਰ ਹੋਰ ਵੀ ਕੰਪਨੀਆਂ ਹੈਗੀਆਂ ਤੇ ਮਤਲਬ ਤੁਹਾਨੂੰ ਇੱਕ ਪ੍ਰੋਪਰ ਮਿਲਦਾ। ਤੁਸੀਂ ਫੇਰ ਪੁਲਿਸ ਕੋਲ ਜਾਂਦੇ ਹੋ, ਪੁਲਿਸ ਕੋਲ ਵੀ ਕੁਛ ਹੈਗਾ, ਵਟਸਐਪ ਤੇ ਪੁਲਿਸ ਕੀ ਕਰੇਗੀ ਸਰ? ਤੁਸੀਂ ਵਟਸਐਪ ਤੇ ਮੈਂ $200 ਭੇਜੇ, ਮੈਂ ਕਹਾਂਗਾ ਜੀ ਸ਼ਮੀਲ ਜੀ ਨੇ ਮੈਂ ਦੇਣੇ ਸੀ, ਉਹਨਾਂ ਨੇ ਦੇ ਦਿੱਤੇ। ਦੇਰ ਇਜ਼ ਨੋ ਰੈਕਰਡ। ਇਹ ਸਟੂਡੈਂਟ ਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਤੁਸੀਂ ਲਵਪ੍ਰੀਤ, ਆਕਾਸ਼ਪ੍ਰੀਤ, ਗੁਰਪ੍ਰੀਤ ਕੋਲ ਕਿਉਂ ਜਾ ਰਹੇ ਹੋ, ਤੁਸੀਂ ਕੰਪਨੀ ਕੋਲ ਕਿਉਂ ਨਹੀਂ ਜਾਂਦੇ? ਔਰ ਇਹਨਾਂ ਨੇ ਹੋਰ ਫਰੌਡ ਕੀ ਕੀਤਾ ਸਰ, ਇਹਨਾਂ ਨੇ ਫੇਕ ਫਸਟ ਏਡ ਔਰ CPR ਦੇ ਕਾਰਡ ਪ੍ਰਿੰਟ ਕਰ ਕਰਕੇ ਉਸ, ਦੇਖੋ TCN ਨੰਬਰ, ਹੁਣ ਤੁਹਾਨੂੰ ਮੈਂ ਟਾਈਮ ਨਹੀਂ ਹੈਗਾ ਡਿਟੇਲ ਦੱਸਣ ਦੀ, ਪਹਿਲੇ ਟ੍ਰੇਨਿੰਗ ਕੰਪਲੀਟ ਕਰਨੀ ਪੈਂਦੀ ਹੈ, ਮਿਨਿਸਟਰੀ ਇਹ ਸਾਰਾ ਕੰਮ ਕੋਵਿਡ ਤੋਂ ਸ਼ੁਰੂ ਹੋਇਆ। ਓਕੇ। ਇਹ ਸਟੂਡੈਂਟਾਂ ਨੇ ਆਪਣੀਆਂ ਕੰਪਨੀਆਂ ਖੋਲੀਆਂ ਫੇਕ ਕੰਪਨੀਆਂ। ਨੰਬਰ 2 ਇਹਨਾਂ ਨੇ ਬੰਦੇ, ਕਿਉਂਕਿ ਇਹਨਾਂ ਨੇ ਆ ਕੇ ਮੈਨੂੰ ਰੋਜ਼ ਕਾਲ ਆਉਂਦੀ ਹੈ, ਭਾਜੀ ਮੇਰੇ ਕੋਲ 100 ਸਟੂਡੈਂਟ ਹੈਗਾ, 300 ਹੋ ਗਿਆ, ਨੰਬਰ ਦੇ ਰਹੇ ਹੋ ਕਿ TCN ਦੇ ਰਹੇ ਹੋ, $20 ਦੇ ਦਾਂਗੇ। ਮੈਂ ਕਿਹਾ ਸੋਰੀ, ਵੀ ਕੈਨ ਡੂ ਇਟ। ਬੜੀਆਂ ਕੰਪਨੀਆਂ ਬੰਦ ਕਰਾਈਆਂ। ਇੰਸਪੈਕਟਰ ਦੀ ਜਿਹਦੀ ਅਸੀਂ ਕੰਪਲੇਂਟ ਕੀਤੀ ਹੈ, ਕੋਈ ਗੱਲ ਨਹੀਂ ਹੋਈ। ਮੈਂ ਸਿਲਵੀਆ ਜੋਨਸ ਤੱਕ ਗੱਲ ਕੀਤੀ ਹੈ, ਆਈ ਐਮ ਅ ਪਾਰਟੀ ਮੈਂਬਰ। ਮਤਲਬ ਤੁਸੀਂ ਹੁਣ ਕਿੱਥੇ ਤੱਕ, ਆਈ ਕੈਨ ਟਾਕ ਹਾਫ ਐਨ ਆਵਰ ਔਨ ਦਿਸ, ਅਗਰ ਟਾਈਮ ਦਿਓ, ਲੋਕ ਐਜੂਕੇਟ ਹੋ ਸਕਦੇ ਆ। ਔਰ ਮਤਲਬ ਕੋਈ ਫੇਕ ਫਸਟ ਏਡ ਕਾਰਡ ਹੈ, ਕਿਸੇ ਸਟੂਡੈਂਟ ਨੂੰ ਪੁੱਛ ਲਓ, ਮਤਲਬ ਇਹ ਸਾਰਾ ਕੁਝ ਜਿਹੜੇ ਇਹਨਾਂ ਕੋਲ ਅੱਗੇ ਡਾਕੂਮੈਂਟ ਯੂਜ਼ ਕਰਦੇ ਉਹ ਵੀ ਫੇਕ ਹੁੰਦੇ ਨੇ ਸਰ?
ਸਰ ਨੰਬਰ ਟੀਸੀਐਨ ਦਾ ਮਿਲ ਜਾਂਦਾ ਮਿਨਿਸਟਰੀ ਦਾ ਸਾਰਾ ਕੰਮ ਇਹਨਾਂ ਨੇ ਆਨਲਾਈਨ ਕਰਤਾ ਮਿਨਿਸਟਰੀ ਦੀ ਐਡੀ ਬੇਵਕੂਫੀ ਹੈ ਟੈਸਟ ਵੀ ਆਨਲਾਈਨ ਕਰ ਦਿੱਤਾ ਹੁਣ ਇਹ ਸਟੂਡੈਂਟ ਇਹਨੂੰ ਪੁੱਛੋ ਘਰ ਬੈਠ ਕੇ ਜਿਹੜੀ ਹੁਣ ਬੋਲ ਕੇ ਗਈਆਂ ਆਈ ਐਮ ਵੈਰੀ ਸੋਰੀ ਫੋਰ ਦੈਟ ਬੜਾ ਮੈਂ ਉਹਨਾਂ ਨਾਲ ਸਹਾਨੁਭੂਤੀ ਕਰਨਾ ਲੇਕਿਨ ਇਹਨਾਂ ਨੂੰ ਪੁੱਛੋ ਕਿ ਤੁਹਾਨੂੰ ਇੰਨੀ ਸਮਝ ਨਹੀਂ ਹੈਗੀ ਕਿ ਫਸਟ ਏਡ ਸੀ ਪੀ ਆਰ ਜਿਹੜੀ ਪ੍ਰੈਕਟੀਕਲ ਟ੍ਰੇਨਿੰਗ ਹੈ ਉਹ ਵੀ ਕਾਰਡ ਤੁਹਾਨੂੰ ਘਰ ਹੀ ਦੇ ਦਿੱਤਾ ਉਹਨਾਂ ਨੇ ਕੱਲ੍ਹ ਨੂੰ ਕੋਈ ਸਾਈਟ 'ਤੇ ਤੁਸੀਂ ਕੰਮ ਕਰ ਰਹੇ ਹੋ ਬੰਦੇ ਨੂੰ ਕਾਰਡੀਅਕ ਅਰੈਸਟ ਹੋ ਜਾਂਦਾ ਤੁਹਾਨੂੰ ਤਾਂ ਪਤਾ ਹੀ ਨਹੀਂ ਤੁਸੀਂ ਤਾਂ ਜੇਲ੍ਹ 'ਚ ਹੋ ਜਾਓਗੇ ਯੂ ਵਿਲ ਬੀ ਬਿਹਾਈਂਡ ਬਾਰ ਇਹੀ ਤਾਂ ਇਸੇ ਚੀਜ਼ ਦਾ ਤਾਂ ਫਾਇਦਾ ਉਠਾ ਰਹੇ ਨੇ ਫਰੋਡ ਕਰਨ ਵਾਲੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹਨਾਂ ਨਾਲ ਉਹ ਡੀਲ ਕਰ ਰਹੇ ਨੇ ਉਹਨਾਂ ਨੂੰ ਕੁਛ ਨਹੀਂ ਪਤਾ ਉਹਨਾਂ ਨੂੰ ਕੋਈ ਉਹਨਾਂ ਨੂੰ ਕੁਛ ਨਹੀਂ ਪਤਾ ਲੇਕਿਨ ਇਹਨਾਂ ਦਾ ਸਰ ਇਹ ਸਟੂਡੈਂਟ ਬੜੇ ਸਮਾਰਟ ਹੈ ਸਭ ਕੁਛ ਪਤਾ ਇਹਨਾਂ ਨੂੰ ਤੁਸੀਂ ਇੰਡੀਆ ਤੋਂ ਕੈਨੇਡਾ ਆਉਂਦੇ ਹੋ ਹੁਣ ਇਹ ਕਹਿਣਗੇ ਜੀ ਜਹਾਜ਼ ਦਾ ਸਾਨੂੰ ਦਰਵਾਜ਼ਾ ਹੀ ਨਹੀਂ ਪਤਾ ਗਏ ਸਾਨੂੰ ਤਾਂ ਉਹਨੇ ਪਿਛਲੇ ਟ੍ਰੇਨ 'ਚ ਬਿਠਾ ਦਿੱਤਾ ਦੇ ਨੋ ਐਵਰੀਥਿੰਗ ਦੇ ਲੁੱਕ ਫੋਰ ਮੈਂ ਹੁਣ ਸੋਰੀ ਟੂ ਸੇ ਇੱਕ ਪਾਸੇ ਇਹਨਾਂ ਦੀ ਗਲਤੀ ਹੈ ਸਰ ਜਿੱਥੇ ਡਿਮਾਂਡ ਹੁੰਦੀ ਹੈ ਉੱਥੇ ਸਪਲਾਈ ਹੁੰਦੀ ਹੈ ਸਟੂਡੈਂਟ ਆ ਕੇ ਮੈਨੂੰ ਦਿਨ 'ਚ 50 ਕਾਲਾਂ ਇੱਕੋ ਹੀ ਆਉਂਦੀਆਂ ਜਿਹੜੀਆਂ ਨੰਬਰ 1 ਹੈ ਜੋਬ ਦੀ ਔਰ ਨੰਬਰ 2 ਕਾਲ ਪਤਾ ਕੀ ਪੁੱਛਦੇ ਆ ਭਾਜੀ ਕਲਾਸ ਲਾਣੀ ਪਏਗੀ ਮੈਂ ਕਹਿੰਦਾ ਹਾਂਜੀ ਕਹਿੰਦਾ ਓਕੇ ਬਾਏ ਕਿਉਂਕਿ ਉਹ ਕਲਾਸ ਨਹੀਂ ਲਾਣ ਲੱਗ ਜਾ ਰਹੀ ਨਵਾਂ ਕੈਨੇਡਾ ਜੀ ਮੈਂ ਤਾਂ ਬਸ ਇਹੀ ਕਹੂੰਗਾ ਰਾਜੀਵ ਜੀ ਇਹ ਨਿਊ ਕੈਨੇਡਾ ਤੇ ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਤੇ ਇਹਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਆਈ ਐਮ ਪਲੈਨਿੰਗ ਮਾਈ ਪਰਸਨਲ ਥਿੰਗ ਆਈ ਵਾਂਟ ਟੂ ਲੀਵ ਦਿਸ ਕੈਨੇਡਾ ਨਾਓ ਥੈਂਕ ਯੂ ਰਾਜੀਵ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੇ ਸੰਦੀਪ ਆਖਰੀ ਅੱਧਾ ਮਿੰਟ ਹੈ ਹੁਣ ਤੁਹਾਡੇ ਕੋਲ ਸਰ ਮੈਂ ਤੇ ਇਹੀ ਕਹਿਣਾ ਚਾਹੂੰਗਾ ਕਿ ਮੇਨ ਦੁੱਖ ਇਸ ਗੱਲ ਦਾ ਹੁੰਦਾ ਕਿ ਜਿਸ ਮੈਂ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਜਿਸ ਦੀ ਲਵਪ੍ਰੀਤ ਸਿੰਘ ਦਿੱਕਤ ਇਹ ਹੈ ਕਿ ਉਹ ਸਰਦਾਰ ਬੰਦਾ ਚਲੋ ਉਹ ਤਾਂ ਮੈਂ ਕੁਛ ਵੀ ਹੋਵੇ ਭਾਵੇਂ ਪਰ ਕਈ ਵਾਰ ਬੰਦਾ ਕੋਈ ਧਾਰਮਿਕ ਭੇਸ ਵੀ ਬਣਾ ਸਕਦਾ ਬੰਦਾ ਕੋਈ ਆਪਣੇ ਆਪ ਨੂੰ ਟਿੱਕਾ ਵੀ ਲਾ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇਸ ਭੇਸ ਤੇ ਲੋਕ ਫਰੌਡ ਨਹੀਂ ਕਰਦੇ ਬਿਲਕੁਲ ਕਰਦੇ ਨੇ ਦਿੱਕਤ ਦੁੱਖ ਹੀ ਹੁੰਦਾ ਕਿ ਉਹ ਆਪਣੀ ਸਾਰੀ ਕਮਿਊਨਿਟੀ ਨੂੰ ਬਦਨਾਮ ਕਰ ਰਿਹਾ ਇੰਨੇ ਇੰਟਰਨੈਸ਼ਨਲ ਸਟੂਡੈਂਟਸ ਨਾਲ ਜਾਂ ਕਿਸੇ ਨਾਲ ਵੀ ਚਲੋ ਜਿਹੜੇ ਉਹ ਫਰੌਡ ਹੈ ਫਰੌਡ ਕਰਨਾ ਇਸ ਤਰੀਕੇ ਨਾਲ ਕਿ ਜਦੋਂ ਛੋਟੇ ਛੋਟੇ ਨਵੀਂ ਦੁਨੀਆਂ ਬਣਾ ਲਈ ਹੋਈ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮਚ